ਕਿੱਡੀ ਖੁਸ਼ ਖੁਸ਼ ਮੇਰੇ ਨਾਲ ਆਈ ਤੇ ਕਹਿੰਦੀ ਮੈਂ ਆਪਣੀਆਂ ਬਾਗੀਆਂ ਲੈ ਆਵਾਂ। ਤੁਹਾਨੂੰ ਵਿਚਾਰੀ ਰੋ ਰਹੀ ਪਤਾ ਕਿਉਂ? ਕਿ ਅਗਰ ਉਹ ਰੋਏਗੀ ਨਾ ਐਸੇ ਕਰੇਗੀ ਨਹੀਂ ਤੈਨੂੰ ਫਿਰ ਮਾਂ ਕੋਲ ਮਾਰ ਪੈਵੇਗੀ ਜਾਂ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਇਹਨੂੰ ਟੋਰਚਰ ਕੀਤਾ ਜਾਏਗਾ। ਇਹ ਨਹੀਂ ਹੈ ਕਿ ਜਿਸ ਤਰ੍ਹਾਂ ਹੀ ਬੰਦਾ ਸਿੱਖ ਜਾਂਦਾ ਬੱਚਾ ਅਦਾਕਾਰ ਹੋ ਜਾਂਦਾ, ਨਹੀਂ, ਮਜਬੂਰੀ ਬੜਾ ਬੜਾ ਕੁਛ ਸਿਖਾ ਦਿੱਤੀ। ਚਲਾ ਪੁੱਤਰ ਆ ਜਾਓ। ਕੱਲ ਵੀ ਐਸੇ ਹੋਇਆ ਤਾਂ ਮੈਂ ਸੋਚ ਮੈਂ ਪੜ ਗਿਆ ਹੋ ਕੀ ਯਾਰ ਸਾਰਾ ਉਹ ਨਹੀਂ ਖੋਲ ਰਹੇ ਤਾਂ ਆ ਜਾਓ ਫਿਰ ਮੇਰੇ ਸਾਥ ਚਲੇ ਚਲੋ। ਹੈਂ ਬੇਟਾ ਇਹ ਜੀ ਬੱਚੋਂ ਕੀ ਹਾਲਤ ਹੋ ਰਹੀ ਹੈ, ਖੇਲ ਰਹੀ ਸੀ ਆਪ ਸਭ ਲੋਕ ਪਤਾ ਹੀ ਬੱਚੋਂ ਕੀ ਹਾਲਤ ਹੋ ਰਹੀ ਆਪ ਪਤਾ ਚਲਾ ਬੱਚੇ ਕਿਆ ਕਿਆ ਕਰ ਬਣ ਸਕਤੇ ਹੈ ਕਰ ਸਕਤੇ ਹੈ ਅਗਰ ਇਨਕੋ ਅੱਛੇ ਤਰੀਕੇ ਸੇ ਗਾਈਡਿੰਗ ਕੀਆ ਜਾਏ, ਇਨਕੋ ਐਜੂਕੇਟ ਕੀਆ ਜਾਏ, ਇਨਕੋ ਸਮਝਾਇਆ ਜਾਏ, ਇਨਕਾ ਖਿਆਲ ਰੱਖਾ ਜਾਏ, ਠੀਕ ਹੈ? ਇਹ ਚੀਜ਼ਾਂ ਆਪ ਲੋਕ ਸਿੱਖੇ, ਇਹ ਮੇਰਾ ਇੱਕ ਐਗਜ਼ਾਮਪਲ ਹੈ ਨਾ, ਅਤੇ ਇਹ ਸਭ ਲੋਕ ਬਤਾਤੇ ਨਹੀਂ ਹੈ ਕੋਈ। ਮੈਨੂੰ ਪਤਾ ਬਾਹਰ ਲੋਕ ਕੈਸੇ ਖੇਲ ਰਹੇ ਹੋਤੇ ਹੈ, ਬੱਚੇ ਕਿਆ ਕਿਆ ਬੋਲ ਰਹੇ ਹੋਤੇ ਹੈ, ਕਿਆ ਕਿਆ ਕਰ ਰਹੇ ਹੋਤੇ ਹੈ। ਅੱਲਾ ਬਚਾਏ ਇਨਕੋ ਇਨ ਜ਼ਾਲਮੋਂ ਸੇ। ਅੱਲਾ ਹਾਫਿਜ਼।